ਹੁਸ਼ਿਆਰਪੁਰ ਮੁਕੇਰੀਆਂ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਮੁਕੇਰੀਆਂ ਹਾਜੀਪੁਰ ਦੇ ਪਿੰਡ ਬੇਲਾ ਸਰਿਆਣਾ ਦੇ ਨਾਲ ਲੱਗਦੇ ਦਰਜਨ ਪਿੰਡ ਤਬਾਹ ਹੋ ਗਏ ਹਨ। ਦਰਜਨ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਪਾਣੀ ਵਿੱਚ ਡੁੱਬਣ ਕਾਰਨ ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ, ਘਰ ਦੇ ਘਰ ਡੁੱਬ ਗਏ ਹਨ, ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਪਾਣੀ ਕਾਰਨ ਪੰਜਾਬ ਤੇ ਹਿਮਾਚਲ ਦੀਆਂ ਸੜਕਾਂ ਟੁੱਟ ਗਈਆਂ ਹਨ। ਪਿੰਡ ਵਾਸੀਆਂ ਨੇ ਮਾਈਨਿੰਗ ਮਾਫੀਆ ਤੇ ਕਰਸ਼ਰ ਮਾਫੀਆ ਨੂੰ ਪਾਣੀ ਆਉਣ ਦਾ ਕਾਰਨ ਦੱਸਿਆ। ਹਾਜੀਪੁਰ ਦੇ ਆਸ ਪਾਸ ਦੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ, ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਉੱਥੇ ਹੀ ਮੁਕੇਰੀਆਂ ਦਾ ਪਿੰਡ ਮਹਿਤਾਬਪੁਰ ਵੀ ਪਾਣੀ ਦੀ ਮਾਰ ਵਿੱਚ ਆ ਗਿਆ ਹੈ, ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਭਾਈ, ਅਸੀਂ ਹਿਮਾਚਲ ਨੂੰ ਬਿਲੋਂਗ ਕਰਦੇ ਹਾਂ, ਪੰਜਾਬ ਨਾਲ ਸਾਡਾ 9 ਮਾਸ ਦਾ ਰਿਸ਼ਤਾ ਆ। ਅਸੀਂ ਇੱਥੇ ਡੇਲੀ ਅਪ ਡਾਊਨ ਕਰਦੇ ਹਾਂ। ਸਾਨੂੰ ਪੰਜਾਬ ਨੇ ਕੋਈ ਸਪੀਕਰ 'ਚ ਅਨਾਊਂਸਮੈਂਟ ਜਾਂ ਕਿਤੇ ਕੋਈ ਨੋਟਿਸ ਬੋਰਡ ਨਹੀਂ ਲਾਇਆ ਇਹਨਾਂ ਨੇ ਵੀ ਅਸੀਂ ਰਾਤੋਂ ਰਾਤ ਇੰਨਾ ਪਾਣੀ ਛੱਡ ਦੇਣਾ, ਅਤੇ ਇਹ ਪਾਣੀ ਨੇ ਸਾਨੂੰ ਰਾਤ ਕਈ ਬੰਦੇ 4 ਵਜੇ ਨਿਕਲੇ ਆ, ਕਈ 5 ਵਜੇ ਨਿਕਲੇ, ਕਈ 3 ਵਜੇ ਨਿਕਲੇ, ਕਈ ਕਿਸੇ ਦੀ ਸਾਰੀ ਸਾਰੀ ਰਾਤ ਮਦਦ ਕਰਨ ਦੇ ਸੀਗੇ, ਕਈ ਗੁਜਰ ਪਰਿਵਾਰਾਂ ਨੂੰ ਕੱਢ ਕੱਢ ਕੇ ਉੱਚੀ ਜਗ੍ਹਾ ਲਿਆਂਦਾ, ਲੇਕਿਨ ਉੱਚੀ ਜਗ੍ਹਾ ਵੀ ਜਿਹੜੇ ਪਰਿਵਾਰ ਬੈਠੇ ਆ ਉਹ ਇਸਲਾ ਪਾਣੀ ਦੇ ਘੇਰੇ ਵਿੱਚ ਹੈਗੇ ਨੇ ਸਰ। ਪਿੰਡ ਸਰ ਘੱਟੋ ਘੱਟ ਕੋਈ 10 ਪੰਚਾਇਤਾਂ ਤਾਂ ਹਿਮਾਚਲ ਦੀਆਂ ਸਾਡੀਆਂ, ਅਤੇ ਪੰਜਾਬ ਦੀਆਂ ਕੋਈ 3-4 ਪੰਚਾਇਤਾਂ, 5 ਪੰਚਾਇਤਾਂ, ਪੰਚਾਇਤ ਦੀਆਂ ਨੀਅਰ ਅਬਾਊਟ ਸਾਡੇ ਲਾਗੇ ਡੁੱਬੀਆਂ ਹੋਈਆਂ ਸਰ। ਇਹ ਸਾਨੂੰ ਪਾਣੀ ਦਾ ਬਹੁਤ ਹੀ ਵੱਡਾ ਬਹਾਵ ਹੈ, ਸਾਰਾ ਢਾਡੇ ਗਟਵਾਲ ਨੂੰ ਪਾਣੀ ਆ ਗਿਆ। ਇੱਧਰ ਨਾਲ ਪੰਜਾਬ ਦੀ ਬਾਉਂਡਰੀ 'ਤੇ ਸਾਡਾ ਹਾਜੀਪੁਰ ਨੂੰ ਇੱਕ ਨਿਕਾਸ ਸੀਗਾ ਸਾਡੇ ਹਿਮਾਚਲ ਦਾ, ਉਹ ਬਿਲਕੁਲ ਬੰਦ ਆ ਇਸ ਲਈ ਸਰ। ਬਿਲਕੁਲ ਸਰ, ਇਹ ਤਾਂ ਪੁਲੀ ਐਵੇਂ ਨਾ ਮਾਤਰ ਪੁਲੀ ਆ, ਤਾਂ ਟੁੱਟਣੀ ਆ ਪਾਣੀ ਇੰਨਾ ਆਉਣਾ ਤਾਂ ਪਾਣੀ ਪੁਲੀ ਤਾਂ ਟੁੱਟੇਗੀ। ਅਤੇ ਇਹ ਜਿਹੜੇ ਸਾਡੇ ਇੱਥੇ ਮਾਈਨਿੰਗ ਹੋ ਰਹੀ ਆ ਉੱਪਰ, ਜਿਹੜੀ ਸਾਡੀ ਇਹ ਪੰਜਾਬ 'ਚ ਮਾਈਨਿੰਗ ਹੋ ਰਹੀ ਆ, ਉੱਪਰ ਸਾਰੇ ਕ੍ਰਸ਼ਰਾਂ ਨੇ ਪੱਟਿਆ, ਖੇਤ ਪੱਟੇ ਆ, ਉੱਥੋਂ ਪਾਣੀ ਦਰਿਆ 'ਚੋਂ ਕਨਵਰਟ ਹੋ ਕੇ ਇੱਧਰ ਆਇਆ ਸਰ, ਇਸ ਕਰਕੇ ਫਲੱਡ ਦਾ ਰੂਪ ਧਾਰਨ ਕਰ ਗਿਆ। ਪਿੰਡ 30 ਪਿੰਡ ਹੋਣੇ ਸਰ ਇਹ। ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ ਸਾਡੀ ਇਸ, ਜੇ ਅਸੀਂ ਕਿਤੇ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਕੋਈ ਸਾਨੂੰ ਤਾਂ ਮਿਲਿਆ ਨਹੀਂ। ਜੇ ਅਸੀਂ ਕਿਸੇ ਰਾਜਨੀਤਿਕ ਬੰਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਅਸੀਂ ਕਿਹਾ ਹੋਇਆ, ਤੇ ਇਸ ਲਈ ਤੱਕ ਇੱਥੇ ਕੋਈ ਨਹੀਂ ਪੁੱਜਿਆ। ਇੱਥੇ ਕੋਈ ਢਾਡਿਆ ਕਟਵਾਲ ਜਾਂ ਬੇਲਾ ਸਰਾਣੇ ਵਿੱਚ ਕੋਈ ਬੰਦਾ, ਇੱਥੇ ਕੋਈ NDRF ਦੀ ਟੀਮ ਜਾਂ ਕੋਈ ਸਾਡੇ ਕੋਈ ਹੈਲੀਕਾਪਟਰ ਵਗੈਰਾ ਕੁਛ ਨਹੀਂ ਆਇਆ। ਇਹ ਸਾਡੇ ਹਿਮਾਚਲ 'ਚ ਸਰ, ਉੱਥੇ ਹੈਲੀਕਾਪਟਰ ਰੋਜ਼ ਘੁੰਮਦੇ ਰਹਿੰਦੇ ਆ ਦਰਿਆਵਾਂ ਦੇ ਉੱਪਰ, ਲੇਕਿਨ ਅੱਜ ਕੋਈ ਨਹੀਂ ਆਇਆ। ਇਸ ਲਈ ਤੱਕ ਲੋਕ ਸਾਡੇ ਵਿੱਚ ਉੱਥੇ ਰੁਕੇ ਪਏ ਆ ਸਾਰੇ। ਅਸੀਂ ਇਹੀ ਸਰਕਾਰ ਤੋਂ, ਹਿਮਾਚਲ ਦੀ ਸਰਕਾਰ ਤੋਂ, ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਕਮ ਸੇ ਕਮ ਜਾਨ ਦਾ ਜਿਹੜਾ ਨੁਕਸਾਨ ਹੋ ਰਿਹਾ, ਜਾਨ ਮਾਲ ਦਾ, ਉਹਨਾਂ ਨੂੰ ਬਚਾਇਆ ਜਾਏ। ਲੇਕਿਨ ਬਾਕੀ ਤਾਂ ਗੱਲਾਂ ਬਾਅਦ ਵਿੱਚ ਹੈਗੀਆਂ, ਅਗਰ ਬੰਦੇ ਹੀ ਰੁੜ ਗਏ ਤਾਂ ਫਿਰ ਸਰ ਕੀ ਬਚੇਗਾ। 13-14 ਪਿੰਡ ਆ ਜਿਹੜੀ ਪਾਣੀ ਦੀ ਮਾਰ ਗੁਜ਼ਰ ਰਹੇ ਆ, ਉਹਨਾਂ ਦੇ ਘਰਾਂ ਦੇ ਵਿੱਚ, ਮੇਰੇ ਘਰਾਂ ਦੇ ਵਿੱਚ ਪਾਣੀ ਆ ਕੇ ਵੜ ਗਿਆ, ਪ੍ਰਸ਼ਾਸਨ ਦੀ ਸਾਰੀ ਮਦਦ ਲਈ ਹੈ। ਪ੍ਰਸ਼ਾਸਨ ਅਧਿਕਾਰੀ ਅੱਜ ਤੱਕ ਕੋਈ ਨਹੀਂ ਪਹੁੰਚਿਆ ਜੀ। ਸਵੇਰ ਦੇ ਫੋਨ ਕਰੀ ਜਾਂਦੇ ਹਾਂ, ਰਾਤ ਦੇ ਫੋਨ ਕਰੀ ਜਾਂਦੇ ਹਾਂ, ਸਾਨੂੰ ਰਾਤ ਦੇ 10 ਵਜੇ ਪਤਾ ਲੱਗਿਆ ਕਿ ਪਾਣੀ, ਮਤਲਬ ਕਿ ਜੱਟ ਵੇਲੀ ਦੇ ਪਾਰ ਪਾਣੀ ਪਾਣੀ ਹੋ ਗਿਆ, ਪਰ ਫਿਰ ਵੀ ਮਤਲਬ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ। ਇੰਨਾ ਸਾਰੇ ਬੰਦਿਆਂ ਨੂੰ ਫੋਨ ਕੀਤੇ ਆ ਤਾਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਾ। ਜਿਹੜੇ ਬੰਦੇ ਸੇਫ ਜਗ੍ਹਾ 'ਤੇ ਬੈਠੇ ਸੀ ਉਹ ਵੀ ਹਜੇ ਤੱਕ ਮਤਲਬ ਪਾਣੀ ਪਹੁੰਚ ਗਿਆ ਉਹਨਾਂ ਨੂੰ, ਅਤੇ ਪਾਣੀ ਦੇ ਵਿੱਚ ਇਸ ਵੇਲੇ ਕੋਈ ਬੰਦਾ ਨਹੀਂ ਪਹੁੰਚਿਆ, ਤਾਂ ਉਹ ਫੋਨ ਕਰ ਰਹੇ ਆ ਵਾਰ ਵਾਰ ਕਿ ਸਾਨੂੰ ਮਤਲਬ ਕੱਢਿਆ ਜਾਵੇ। ਹਾਂਜੀ ਹਾਂਜੀ, ਉਹਨਾਂ ਕੋਲ ਪਾਣੀ ਪਹੁੰਚ ਗਿਆ ਅਤੇ ਉਹ ਇਸ ਵੇਲੇ ਆਪਣੀ ਜਾਨ ਬਚਾਉਣ ਵਾਸਤੇ ਛੱਤਾਂ 'ਤੇ ਖੜ੍ਹੇ ਹੋਏ ਆ। ਅਤੇ ਬਾਕੀ ਗੱਲ ਇਹ ਹੈ ਕਿ ਇਸ 88 ਦੇ ਵਿੱਚ ਅਸੀਂ ਇਹ ਫਲੱਡ ਦੇਖਿਆ ਸੀ, ਪਾਣੀ ਆਇਆ ਸੀ, ਪਰ ਹੁਣ ਇਹ ਮਾਈਨਿੰਗ ਕਰਕੇ ਇਹ ਸਾਰਾ ਏਰੀਆ ਪੱਟਿਆ ਗਿਆ ਅਤੇ 88 ਦੇ ਸਾਨੂੰ ਤਾਂ ਸੁਪਨਾ ਵੀ ਨਹੀਂ ਸੀ ਕਿ ਪਾਣੀ ਇੱਥੇ ਆ ਸਕਦਾ ਹੈ। ਮਾਈਨਿੰਗ ਕ੍ਰੈਸ਼ਰਾਂ ਵਾਲੇ ਮਾਈਨਿੰਗ ਕਰ ਰਹੇ ਆ ਜੀ, ਅਤੇ ਮਾਲ ਬਹੁਤ ਪੱਟਿਆ ਜਾ ਰਿਹਾ, ਇਸ ਕਰਕੇ ਡਾਊਨ ਹੋ ਗਿਆ ਏਰੀਆ ਸਾਡਾ, ਅਤੇ ਇਸ ਕਰਕੇ ਪਾਣੀ ਦਾ ਬਹਾਅ ਜ਼ਿਆਦਾ ਚੱਲ ਗਿਆ ਹੈ। ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਜਿਹੜੀ ਮਾਈਨਿੰਗ ਆ ਬੰਦ ਹੋਣੀ ਚਾਹੀਦੀ, ਕ੍ਰੈਸ਼ਰ ਬੰਦ ਹੋਣੇ ਚਾਹੀਦੇ ਆ। ਪਾਣੀ ਆਉਣ ਦਾ ਕਾਰਨ ਇਹ ਹੀ ਆ ਜੀ, ਜੋ ਮੈਨੇਜ ਹੋ ਰਹੀ ਆ ਪਿਛਲੇ ਪਾਸੇ ਜਿੰਨਾ ਵੀ ਹੋਇਆ ਕ੍ਰੈਸ਼ਰਾਂ ਦੇ ਨਾਲ ਪੱਟਿਆ ਗਿਆ ਆ, ਅਤੇ ਉਹ ਸਾਰਾ ਪਾਣੀ ਜਿਹੜਾ ਵਾ ਇਸ ਨਾਲੇ ਦੇ ਵਿੱਚ ਆਉਂਦਾ ਆ। ਇਹਨੂੰ ਕੋਈ ਕ੍ਰੇਟ ਨਹੀਂ, ਕਿਸੇ ਪ੍ਰਕਾਰ ਦੀ ਸਹੂਲਤ ਨਹੀਂ ਦਿੱਤੀ ਗਈ। ਜਦੋਂ ਪਾਣੀ ਆਉਂਦਾ ਆ ਤਾਂ ਉਸ ਵਕਤ ਪਬਲਿਕ ਜਿਹੜੀ ਆ ਉੱਧਰੋਂ ਹਿਮਾਚਲ ਦਾ, ਪੰਜਾਬ ਦਾ, ਜਿੰਨੇ ਵੀ ਆ, ਇਦੋਂ ਸੰਪਰਕ ਟੁੱਟ ਜਾਂਦਾ ਇਸ ਪੁਲੀ ਦੇ ਕਾਰਨ ਹੀ। ਬਹੁਤ ਲੋਕ ਦੁਖੀ ਹੁੰਦੇ ਆ, ਇਸ ਕਰਕੇ ਸਾਡਾ ਜਿਹੜਾ ਇਹ ਡੇਰਾ ਬਣਿਆ, ਡੇਰਾ ਉਦਾਸ ਸਿੰਘ ਭਗਵਾਨ ਸ੍ਰੀ ਚੰਦਰ ਮਹਾਰਾਜ ਦਾ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਆ, ਅਤੇ ਅਸੀਂ ਵੀ ਕਈ ਵਾਰ ਇਹਨਾਂ ਦੇ ਗਾੜੀ ਅਰਜ਼ ਕੀਤੀ ਹੈ। ਜੋ ਵੀ ਕੋਈ ਆਇਆ, MLA ਆਇਆ ਜਾਂ ਕੋਈ ਵੀ ਪੰਚਾਇਤ ਆ, ਅਸੀਂ ਕਹਿੰਦੇ ਹਾਂ ਵੀ ਸਾਨੂੰ ਕੋਈ ਨਾ ਕੋਈ ਕ੍ਰੇਟ ਇੱਥੇ ਪੈਣੇ ਚਾਹੀਦੇ ਆ, ਲੋਕਾਂ ਦੀ ਸਹੂਲਤ ਵਾਸਤੇ ਕੁਛ ਨਾ ਕੁਛ ਹੋਣਾ ਚਾਹੀਦਾ, ਪਰ ਕਿਸੇ ਨੇ ਵੀ ਸਾਡੀ ਇਹ ਗੱਲ ਦੇ ਉੱਤੇ ਗੌਰ ਨਹੀਂ ਕੀਤੀ। ਅਸੀਂ ਆਪ ਹੀ
करके जिन्ना भी संगत को लैके योगदान करके फिर असी इस नाला जिहड़ा छड्डिया आ ते असी कहने भी इह क्रेट पहन जिन्नी भी ढाडे कटवाल की संगत आ बेले सरियाणे की संगत आ ते इन्हां दा जान माल दा राख जिहड़ी कीती जावे ते इह प्रशासन कोलों अही मंग चाहुंदे आ भी साडा वधिया जिहड़ा इधरों जिन्ना भी कारोबार वधिया हो जाए इस करके साडी बेनती आ सरकार इह जी क्रैशर दी जिहड़ी सारी गल क्रैशर दी है होर कोई साडे कोल गल नहीं हाँ जी जे क्रैशर बंद होता तां ही सुखी है रोकिए ना तो गुजर बढ़ने पे कहते सू कौन रोकन हो गवर्नमेंट पैसे दे।